ਕਿਸੇ ਨੂੰ ਮੈਂ ਪਿਓ ਬੋਲਾਂ ਕਿਸੇ ਨੂੰ ਮਾਂ ਬੋਲਾਂ ਸਭ ਨੂੰ ਮੈਂ ਰੱਬ ਦੀ ਥਾਂ ਬੋਲਾਂ ਇੱਥੇ ਹਰ ਸ਼ਖਸੀਅਤ ਨਾਮੀ ਹੈ ਮੈਂ ਭਾਈ ਕੀਦਾ ਕੀਦਾ ਨਾ ਬੋਲਾਂ ਸਾਰੇ ਤੁਸੀਂ ਮੇਰੇ ਆਪਣੇ ਹੋ ਕਹਿੰਦੇ ਅੱਲਾ ਕਹੋ ਚਾਹੇ ਰਾਮ ਕਹੋ ਨਾਮ ਇੱਕ ਹੈ ਕਿਸੇ ਨੇ ਤੇਰੇ ਨਾਮ 'ਤੇ ਮੰਦਰ ਬਣਾ ਦਿਆ ਕਿਸੇ ਨੇ ਤੇਰੇ ਨਾਮ 'ਤੇ ਕਾਬਾ ਸਜਾ ਦਿਆ ਫਤਿਹ ਕਹੋ ਚਾਹੇ ਸਲਾਮ ਕਹੋ ਨਾਮ ਇੱਕ ਹੈ ਜੁਦਾ
جدا ہے پیالے مگر جام ایک ہے لقد كانت مدينة 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 دنیا دی ہر شے ملدی مو منگی ہوندی اے میں رشتہ کرایا سی اے دی میسج کہندی منڈے دا قد چھوٹا ہے میں کڑی نوں آکھیا مگر پوتا مصیبت جنی چھوٹی ہووے او نی چنگی ہوندی اے مصیبت جنی چھوٹی ہووے چنگی ہل ایک زوردار تاڑی مار پارٹی پنجاب جنہاں دی بدولت تہاڈے ورگے روحاں دے میلے ہوئے نے سمجھی پنجاب پولیس पत्रकार भी हानी प्रा छोटे वीर बुजुर्ग मेरी सत्कार योग पहना सब दा धन्यवाद लिंग सुखा दी आवे हर कबेड़े पूजा पाठ तपस्या कीती लौंदी रब दे नेड़े अर्श दी फल पा लंदे वो सच्चे सिद्ध कमान दे जेड़े ترجمة
ਲੱਗਾ ਤਾੜੀ ਜ਼ਰੂਰ ਮਾਰ ਦਿਓ ਸ਼ੁਕਰੀਆ ਜੀ ਜੀ ਸਰ ਅਕਸ਼ੇ ਪੇ ਨਜ਼ਰ ਡਾਲੋ ਕਿਸੇ ਜੰਨਤ ਸੇ ਕਮ ਨਹੀਂ ਰੋਜ਼ ਹੋਤੇ ਆਜ਼ਾਦ ਨਾ ਕਰੋਗੇ ਫੈਸਲੇ ਮੇਰੇ ਪੀਰੋਂ ਕਾ ਦਰਬਾਰ ਕਿਸੇ ਅਦਾਲਤ ਸੇ ਕਮ ਨਹੀਂ ਮੇਰੇ ਪੀਰੋਂ ਕਾ ਦਰਬਾਰ ਕਿਸੇ ਅਦਾਲਤ ਸੇ ਕਮ ਨਹੀਂ ਜੀ ਸੋ ਅੱਜ ਜਿਹੜੀਆਂ ਗੱਲਾਂ ਕਰਨੀਆਂ ਹੈ ਔਰ ਆਪਣਾ ਜੁੜਨ ਵਾਲੀਆਂ ਗੱਲਾਂ ਕਰਨੀਆਂ ਸੀ ਕਹਿੰਦੇ ਜੀ 2000 ਮਿੰਟੇ ਲੋਕ ਮਾਤਾ ਲੋਈ ਜੀ ਪਾਣੀ ਦੀ ਬਾਲਟੀ ਭਰਦੇ ਆ ਤੇ ਬਾਹਰ ਡੋਲ ਦਿੰਦੇ ਆ ਭਰਦੇ ਆ ਬਾਹਰ ਡੋਲ ਦਿੰਦੇ ਆ ਇਹਨੇ ਚ ਬਾਬਾ ਫਰੀਦ ਜੀ ਆਏ ਇਹਨੇ ਕੀ ਕਰ ਰਹੀ ਹੈ ਇਹਨੇ ਤੇ ਕੋਹਾਂ ਦੂਰ ਮੇਰੀ ਭੈਣ ਦੇ ਘਰੇ ਅੱਗ ਲੱਗੀ ਹੈ ਮੈਂ ਉਹ ਬੁਝਾ ਰਹੀ ਹਾਂ ਹੈਰਾਨ ਹੋ ਗਏ ਕਹਿੰਦੇ ਕੋਹਾਂ ਦੂਰ ਅੱਗ ਲੱਗੀ ਹੈ ਇੱਥੋਂ ਪਾਣੀ ਦੀ ਬਾਲਟੀ ਭਰਨਾ ਪੁੱਜੂਗੀ ਤੇ ਮਾਤਾ ਜੀ ਕਹਿਣ ਲੱਗੇ ਫਰੀਦ ਜੀ ਇਹ ਉਹ ਭਗਤੀ ਨਹੀਂ ਛਿੜਕੋ ਮਰ ਜਾਓ ਛਿੜਕੋ ਜਾਉ ਜਾਓ ਬਾਬਾ ਜੀ ਹੈਰਾਨ ਹੋ ਗਏ ਵੀ ਮੇਰੀ ਭਗਤੀ ਦਾ ਇਹਨੂੰ ਗਿਆਨ ਕਿਵੇਂ ਹੈ ਕਹਿੰਦੇ ਤੈਨੂੰ ਰੱਬ ਕਿਵੇਂ ਮਿਲਿਆ ਕਹਿੰਦੀ ਮੈਨੂੰ ਤਾਂ ਕਰਾਂਚ ਰੱਬ ਮਿਲ ਗਿਆ ਸੀ ਆਖੇ ਕਿਵੇਂ ਕਹਿੰਦੀ ਵੀ ਮੇਰੇ ਪਤੀ ਪਰਮੇਸ਼ਰ ਮੈਨੂੰ ਕਹਿੰਦੇ ਛੰਨਾ ਲੈ ਕੇ ਆ ਪਾਣੀ ਦਾ ਕਹਿੰਦੀ ਮੈਂ ਛੰਨਾ ਲੈ ਕੇ ਆਈ ਉਹ ਰਾਤ ਨੂੰ ਸੌ ਗਈ ਕਹਿੰਦੀ ਮੈਂ ਉਠਾ ਨਹੀਂ ਸਕਦੀ ਸੀ ਸਿਰਫ ਪਾਣੀ ਦਾ ਛੰਨਾ ਮੰਗਿਆ ਸੀ ਕਹਿੰਦੀ ਮੈਂ ਸਾਰੀ ਰਾਤ ਇੱਕ ਲਾਤੇ ਖੜ ਕੇ ਛੰਨਾ ਲਈ ਖੜੀ ਤੇ ਮੈਨੂੰ ਰੱਬ ਦੀ ਪ੍ਰਾਪਤੀ ਹੋ ਗਈ ਹੁਣ ਇਹੀ ਗੱਲ ਮੈਂ ਆਪਣੀ ਘਰਵਾਲੀ ਨੂੰ ਦੱਸ ਰਿਹਾ ਸੀ ਮੈਂ ਕਿਹਾ ਪਾਣੀ ਦਾ ਗਲਾਸ ਲੈ ਕੇ ਆ ਉਹ ਪਾਣੀ ਦਾ ਗਲਾਸ ਲੈ ਕੇ ਆਈ ਮੈਂ ਸੌ ਗਿਆ ਤੜਕੇ ਉਹਨੂੰ ਮੈਂ ਪੁੱਛਿਆ ਮੰਗ ਕੀ ਮੰਗਦੀ ਹੈ ਕਹਿੰਦੀ ਮੈਂ ਇੱਥੋਂ ਨਹੀਂ ਨਿੱਤ ਦੱਸਿਆ ਪਿੰਜ ਪੈਂਦਾ ਮੈਨੂੰ ਤਲਾਕ ਦੇ ਦਿਓ ਸੋ ਜੀ ਰੱਬ ਨਾਲ ਹਰੇਕ ਬੰਦਾ ਨਹੀਂ ਜੁੜ ਸਕਦਾ ਐਵੇਂ ਜਿੱਕ ਸਾਡੀ ਕਮਾਂਡਰ ਬੇਬੇ ਸਰਜੀਤ ਕੌਰ ਉਹਨੇ ਕੀਤੀ ਹਿੰਡ ਆਦੀ ਮੈਂ ਰੱਬ ਦਾ ਨਾਂ ਨਹੀਂ ਜਪਦੀ ਚਾਹੇ ਸਾਰਾ ਜੇ ਪਿੰਡ ਖਾਣਾ ਪੀਣਾ ਛੱਡ ਗਈ ਡਾਕਟਰ ਜਵਾਬ ਦੇ ਗਏ ਮੰਜਾ ਨਾ ਮੰਜਾ ਬਣ ਗਈ ਸਰੀਕਾ ਕਬੀਲਾ ਆਵੇ ਬੇਬੇ ਆਰਾਮ ਨਾਲ ਬੋਲ ਅੱਲਾ ਨਾਲ ਬੋਲ ਵੈਰ ਵੈਰ ਬੋਲ ਕਹਿੰਦੀ ਨਾ ਮੇਰੀ ਹਿੰਡ ਮੈਂ ਨਹੀਂ ਰੱਬ ਦੀ ਰਹਿਤ ਰਹਿ ਸਕਦੀ ਮੈਂ ਰੱਬ ਦਾ ਨਾਂ ਨਹੀਂ ਜਪ ਸਕਦੀ ਬੇਬੇ ਦਾ ਪੋਤਾ ਸਕੂਲੋਂ ਪੜ੍ਹ ਕੇ ਆਇਆ ਮੁੰਡਾ ਕਹਿੰਦਾ ਐਂ ਕਰੋ ਫੁੱਫੜ ਜੀ ਨੂੰ ਬੁਲਾਓ ਤੇ ਫੁੱਫੜ ਜੀ ਦਾ ਨਾਂ ਹੈ ਸਤਨਾਮ ਆਪਾਂ ਬੇਬੇ ਨੂੰ ਪੁੱਛਾਂਗੇ ਆਹ ਕੌਣ ਆ ਗਿਆ ਭੁਲੇਖੇ ਨਾ ਬੇਬੇ ਦੇ ਮੁੱਖ ਚੋਂ ਨਿਕਲੂਗਾ ਸਤਨਾਮ ਉਹ ਹਿੰਦ ਦੀ ਪੱਕੀ ਆਦੀ ਮੈਂ ਰੱਬ ਦਾ ਨਾਂ ਨਹੀਂ ਜਪਦੀ ਦੋ ਚਾਰ ਰਿਸ਼ਤੇਦਾਰ ਆ ਗਏ ਆਂਢ ਗੁਆਂਢ ਇਕੱਠਾ ਹੋ ਗਿਆ ਵੀ ਅੱਜ ਬੇਬੇ ਸਰਜੀਤ ਕੌਰ ਦੇ ਮੁੱਖੋਂ ਸਤਨਾਮ ਨਿਕਲੂ ਬੇਬੇ ਨੂੰ ਪੁੱਛਿਆ ਕੌਣ ਕਹਿੰਦੀ ਸਰਪੰਚ ਨਿਰੰਜਣ ਸਿੰਘ ਬੇਬੇ ਉਹ ਕਹਿੰਦੀ ਮਲਕੀਤ ਸਾਰਾ ਪਿੰਡ ਆਖੀ ਆਵੇ ਬੁੜੀ ਦੀ ਅੱਖਾਂ ਦੀ ਜੋਤ ਠੀਕ ਹੈ ਹਜੇ ਤਾਂ ਸਿਆਂਦੀ ਹੈ ਹੁਣ ਕਹਿੰਦੀ ਹੈ ਵਾਂਗੂ ਬੇਬੇ ਦੇ ਜਵਾਈ ਨੂੰ ਸਾਹਮਣੇ ਪੇਸ਼ ਕੀਤਾ ਗਿਆ ਸਾਧ ਸੰਗਤ ਜਿਹਦਾ ਨਾਂ ਸੀ ਸਤਨਾਮ ਸਾਡੇ ਕੁਲਦੀਪ ਸਿੰਘ ਜੀ ਜਨਰਲ ਸਕੱਤਰ BSP ਪੰਜਾਬ ਸਾਡੇ ਇਲਾਕੇ ਦੀ ਸ਼ਾਨ ਸੰਜੀਵ ਗੋਇਲ ਜੀ DSP ਮਾਨਸਾ ਸਾਡੇ ਦਰਮਿਆਨ ਪਹੁੰਚੇ ਨੇ ਸੰਜੈਨ ਜੀ ਵੱਲੋਂ ਇਹ ਸਨਮਾਨੀ ਪਿਆਰ ਦਾ ਚਿੰਨ੍ਹ ਹੈ ਕਿਉਂਕਿ ਇੱਡਾ ਵੱਡੇ ਸਾਡੇ ਬਾਬਾ ਭੂਸ਼ਣ ਜੈਨ ਜੀ ਉਦੋਂ ਬਾਅਦ ਮੈਂ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਡਮ ਪੂਨਮ ਕਾਂਗੜਾ ਜੀ ਨੂੰ ਬੇਨਤੀ ਕਰੂੰਗਾ ਜੋ ਕਿ ਚੇਅਰਪਰਸਨ ਨੇ SC ਕਮਿਸ਼ਨ ਪੰਜਾਬ ਕਿਰਪਾ ਕਰਕੇ ਅੱਗੇ ਆਉਣ ਜੀ ਆਜੋ ਮੈਡਮ ਮੈਂ ਬੇਨਤੀ ਕਰੂੰਗਾ ਸਾਡੇ ਸੇਵਾਦਾਰ ਵੀਰ ਸੰਨੀ ਜੀ ਰਾਮਾ ਮੰਡੀ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਸੰਨੀ ਜੈਨ ਜੀ ਰਾਮਾ ਮੰਡੀ ਤੋਂ ਸੰਨੀ ਜੀ ਰਾਮਾ ਮੰਡੀ ਤੋਂ ਆਪਣੀ ਹਾਜ਼ਰੀ ਲਗਵਾਉਣ ਜੀ ਆਗੇ ਨਹੀਂ ਆ ਜੀ ਉਧਰ ਪਹਿਲਾਂ ਮੈਡਮ ਪੂਨਮ ਜੀ ਮੈਡਮ ਪੂਸਨ ਨੇ SC ਕਮਿਸ਼ਨ ਪੰਜਾਬ ਜੋ ਕਿ ਸਾਡੇ ਮੁੱਖ ਮਹਿਮਾਨ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸੰਨੀ ਜੀ ਰਾਮਾ ਮੰਡੀ ਤੋਂ ਕਿਰਪਾ ਕਰਕੇ ਅੱਗੇ ਆ ਜਾਣ ਜੀ ਸੰਨੀ ਜੀ ਆ ਜਾਓ ਅੱਗੇ ਆ ਗਏ ਸੰਨੀ ਆ ਗਏ ਸੋ ਸਾਡੇ DSP ਸਾਹਿਬ ਸਰਦਾਰ ਮਨਜੀਤ ਸਿੰਘ ਜੀ ਇੰਸਪੈਕਟਰ ਸਾਹਿਬ ਵਿਕਰਮਜੀਤ ਜੀ ਸਾਡੇ DSP ਮਾਨਸਾ ਸੰਜੀਵ ਗੋਇਲ ਜੀ ਮੈਡਮ ਪੂਨਮ ਕਾਂਗੜਾ ਜੀ ਜਿੱਥੇ ਵੀ ਬਾਤ ਸੁਣ ਰਹੇ ਨੇ ਕਿਰਪਾ ਕਰਕੇ ਬਾਬਾ ਜੀ ਕੋਲ ਪਹੁੰਚੋ ਨਾਮ ਚੁੱਕ ਰਹੇ ਬਾਬਾ ਜੀ ਸ਼ਾਇਦ
ਮਨੀਸ਼ ਜੀ ਲੁਧਿਆਣਾ ਤੋਂ ਜਿੱਥੇ ਵੀ ਮੇਰੀ ਬਾਤ ਸੁਣ ਰਹੇ ਨੇ ਮਨੀਸ਼ ਜੀ ਲੁਧਿਆਣਾ ਤੋਂ ਕਿਰਪਾ ਕਰਕੇ ਅੱਗੇ ਆ ਜਾਂਦੀ ਆਪਣਾ ਬੰਦਾ ਸਮਾਨ ਕਿਉਂਕਿ ਬਹੁਤ ਪਿਆਰ ਹੈ ਜੋ ਬਾਬਾ ਭੂਸ਼ਣ ਜੀ ਨੇ ਤੁਸੀਂ ਦਿੱਤਾ ਹੈ ਸਪੀਡ ਦੇਖੋ ਇਹ ਅਮਨ ਚੋਪੜਾ ਸੀ ਜਿਹੜੇ ਸੰਗਰੂਰ ਤੋਂ ਸਾਡੇ ਦਰਬਾਰ ਪਹੁੰਚੇ ਨੇ ਧੰਨਵਾਦ ਜੀ ਜੋ ਬੜਾ ਪਿਆਰ ਇਧਰ ਨੰਦ ਲਾਲ ਬਾਂਸਲ ਜੀ ਵਿਜੇ ਬਾਂਸਲ ਜੀ ਅਜੇ ਬਾਂਸਲ ਜੀ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਜਾ ਰਿਹਾ ਬਹੁਤ ਵੱਡਾ ਸਾਥ ਹੈ ਬਾਂਸਲ ਪਰਿਵਾਰ ਦੇ ਲੁਧਿਆਣੇ ਵਾਲਿਆਂ ਦਾ ਹੁਣ ਲੁਧਿਆਣੇ ਵਾਲੇ ਕਹਿਣ ਲੱਗ ਗਏ ਵੈਸੇ ਸਾਡੀ ਨੇ ਸਾਡੇ ਸਤਿਗੁਰੂ ਦੀ ਸ਼ਾਨ ਹੈ ਸੁਪਰੀਮ ਪਰਮੇਸ਼ ਆਈਏ ਅਰਸ਼ਦੀਪ ਤੋਂ ਕਹਿੰਦੇ ਧੀ ਮਰਵਾ ਕੇ ਜੰਮਿਆ ਪੁੱਤ ਨਾ ਦਿੰਦਾ ਰੋਟੀ ਵੇਚ ਤੋਂ ਬਾਅਦ ਮੇਰਾ ਵੀਰ ਇਹ ਆਪਣੇ ਇੱਕ ਹੋਰ ਗਈ ਗੀਤ ਹੈ ਮੇਰੇ ਵੀਰ ਦਾ ਜਿਹਨੇ ਪੂਰੇ ਹਿੰਦੁਸਤਾਨ 'ਚ ਇਹਦਾ ਨਾਂ ਚਮਕਾਇਆ ਇਸ ਗੀਤ ਰਾਹੀਂ ਅਤੇ ਬਹੁਤ ਕੁਛ ਸਿੱਖਣ ਨੂੰ ਵੀ ਮਿਲਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੇਰੇ ਬਹੁਤ ਹੀ ਅਜ਼ੀਜ਼ ਡੀ ਐਸ ਪੀ ਮਾਨਸਾ ਸੰਜੀਵ ਗੋਇਲ ਜੀ ਮਨਜੀਤ ਸਿੰਘ ਜੀ ਡੀ ਐਸ ਪੀ ਸਤੂਰਗੜ੍ਹ ਬਾਈ ਕੁਲਦੀਪ ਸਿੰਘ ਜੀ ਸਤੂਰਗੜ੍ਹ ਐਸ ਐਚ ਓ ਸਤੂਰਗੜ੍ਹ ਬਿਕਰਮਜੀਤ ਜੀ ਬਾਈ ਜਰਨੈਲ ਹੋਰੀ ਬਾਈ ਹਰਦੇਵ ਹੋਰੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਧੀ ਇੱਕ ਮਾਂ ਦਾ ਰੂਪ ਇੱਕ ਸੱਸ ਦਾ ਰੂਪ ਧੀਆਂ ਦੇ ਅਨੇਕਾਂ ਰੂਪ ਨੇ ਪਰ ਕੀ ਕੀਤਾ ਜਾਂਦਾ ਧੀਆਂ ਨੂੰ ਕੁੱਖ 'ਚ ਕਤਲ ਕਰਾਇਆ ਜਾਂਦਾ ਇੱਕ ਅਣਜੰਮੀ ਧੀ ਦੀ ਆਪਣੇ ਬਾਬਲ ਅੱਗੇ ਪੁਕਾਰ ਹੈ ਕੀ ਕਹਿੰਦੀ ਹੈ ਮੇਰਾ ਬਹੁਤ ਹੀ ਪਿਆਰਾ ਵੀਰ ਅਕਸਰ ਹੀ ਮੇਰੇ ਨਾਲ ਸਟੇਜਾਂ 'ਤੇ ਬੈਂਜੋ ਪਲੇ ਕਰਦਾ ਗਿੰਦਾ ਬੋਹਾ ਇਹਨਾਂ ਦੀ ਕਲਮ ਤੋਂ ਲਿਖਿਆ ਹੋਇਆ ਗੀਤ ਤੁਹਾਡੇ ਰੂਹ ਨੂੰ ਕਰਨ ਲੱਗਿਆ ਇੱਕ ਵਾਰੀ ਫਿਰ ਬਾਈ ਕੁਲਦੀਪ ਸਿੰਘ ਸਤੂਰਗੜ੍ਹ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਪੰਜਾਬ ਉਹਨਾਂ ਦਾ ਅਚੇਚੇ ਤੌਰ 'ਤੇ ਧੰਨਵਾਦ ਬਾਬਾ ਭੂਸ਼ਣ ਜੈਨ ਜੀ ਜਿਨ੍ਹਾਂ ਨੇ ਤੁਹਾਡੇ ਵਰਗੀਆਂ ਰੂਹਾਂ ਦੇ ਮੇਲੇ ਕਰਾਏ ਨੇ ਧੰਨਵਾਦ ਜੀ ਆਓ
ਸਰਮਾਨ ਪਿਆਰ ਸਤਿਕਾਰ ਭਾਈ ਕੁਲਦੀਪ ਸਿੰਘ ਸਤੂਰਗੜ ਬੰਬਲ ਗੋਇਲ ਜੀ ਉਹਨਾਂ ਵੱਲੋਂ ਬਹੁਤ ਸਰਮਾਨ ਬਹੁਤ ਸਰਮਾਨ ਪਿਆਰ ਬੜੀ ਮਿਹਰਬਾਨੀ Thank you.
ਕੋਈ ਤੋੜਦਾ ਏ ਗੱਲਾਂ ਦਾ ਤਾਰੇ ਹਰ ਕੋਈ ਤੋੜਦਾ ਏ ਜਿਹੜੇ ਲੱਗੀਆਂ ਜਿਹੜੇ ਸੀਸ ਤਲੀ ਤੇ ਟਕਾ ਗਏ ਉਹ ਹੋਰ ਹੁੰਦੇ ਨੇ ਗੁਜਰ ਬੰਦੇ ਖੁਦਕਸ਼ੀ ਕਰਨ ਜਾਂਦੇ ਆ ਭਗਤ ਸਿੰਘ ਰਾਜਗੁਰੂ ਸੰਦੇਹ ਵਰਗੇ ਜਿਹੜੇ ਕੌਮ ਲਈ ਸ਼ਹੀਦੀਆਂ ਪਾ ਗਏ ਉਹ ਹੋਰ ਹੁੰਦੇ ਨੇ ਰੱਬ ਕਹਾਉਣ ਦਾ ਚਾਹ ਇੱਥੇ ਚੜਿਆ ਅੱਜ ਕੱਲ੍ਹ ਕਈ ਪਖੰਡੀ ਸਾਰਿਆਂ ਨੂੰ ਪਰ ਜਿਹੜੇ ਕੌਮ ਲਈ ਚਾਰ ਪੁੱਤ ਮਰਵਾ ਗਏ ਉਹ ਹੋਰ ਹੁੰਦੇ ਨੇ ਜਿਹੜੇ ਕੌਮ ਲਈ ਚਾਰ ਪੁੱਤ ਮਰਵਾਉਂਦਾ ਕੋਈ ਕਿਤੇ ਕਣਕ ਲੈ ਜਾਓ ਕੋਈ ਉਹਦਾ ਘਿਓ ਲੈ ਜਾਓ ਇੱਕ ਗਰੀਬ ਬੰਦਾ ਫਲਾਂ ਦੀ ਰੇਹੜੀ ਲਾਉਣ ਵਾਲਾ ਕਹਿੰਦਾ ਕੇਲੇ ਲੈ ਜਾਓ ਸਿਉ ਲੈ ਜਾਓ ਇੱਕ ਧਨਾੜ ਸੇਠ ਨੇ ਖਾਲੀ ਚੈੱਕ ਅੱਗੇ ਰੱਖ ਦਿੱਤਾ ਜੋ ਚਾਹੀਦਾ ਭਰ ਕੇ ਮੇਰੀ ਮਾਂ ਲੈ ਜਾਓ ਮੇਰਾ ਪਿਓ ਲੈ ਜਾਓ ਮੇਰੀ ਮਾਂ ਲੈ ਜਾਓ ਮੇਰਾ ਪਿਓ ਲੈ ਜਾਓ ਸਮਾਂ ਕੱਲ ਜਾਓ ਆਓ ਜੀ ਇੱਕ ਤਾੜੀ ਮਾਰ ਦਿਓ ਜੀ ਪੀਰਾਂ ਦੇ ਨਾਲ ਮੇਰੇ ਤੋਂ ਬਾਅਦ ਪੰਜਾਬ ਦੀ ਉਹ ਕਲਾਕਾਰ ਸੂਫੀ ਕਲਾਕਾਰ ਜਨਾਬ ਤਨਵਰ ਗਰੇਵਾਲ ਜੀ ਵੀ ਪੱਤੀ ਲੈ ਕੇ ਮੈਂ ਹਾਜ਼ਰੀ ਲਾਉਣੀ ਉਸ ਤੋਂ ਬਾਅਦ ਲੱਪੀਆਂ ਦੇ ਦਰ ਤੇ ਪ੍ਰਾਲਾ ਚੱਲਿਆ ਮੇਰੇ ਬਹੁਤ ਇਸਤਕਾਰਯੋਗ ਮਾਸਟਰ ਜੀ ਉਹਨਾਂ ਕੋਲੋਂ ਮੈਂ ਪੜ੍ਹਿਆ ਗੁਰਨਾਮ ਸਿੰਘ ਜੀ ਰੋੜੀ ਉਹਨਾਂ ਕੋਲ ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਬੜੀ ਮਿਹਰਬਾਨੀ ਜੀ ਬੜੀ ਮਿਹਰਬਾਨੀ
ਸਾਡੇ ਵਰਗੀਆਂ ਰੂਹਾਂ ਦੇ ਵੇਲੇ ਹੋਏ ਨੇ ਮੇਰੇ ਬਹੁਤ ਹੀ ਅਜ਼ੀਜ਼ ਬਾਬਾ ਜੀ ਭੂਸ਼ਣ ਜੈਨ ਜੀ ਉਹਨਾਂ ਵੱਲ ਬਹੁਤ ਸਿੱਧੂਆ
ਸਰਦੂਲਗੜ੍ਹ ਦੇ ਗਨਮੈਨ ਸਾਹਿਬ ਪਿਰਥੀ ਜੀ ਭਾਈ ਮਨਦੀਪ ਜੀ ਉਹਨਾਂ ਦਾ ਵਿਚੇਚੇ ਤੌਰ ਤੇ ਧੰਨਵਾਦ ਕਰਦਾ ਗੁਰਪਿਆਰ ਭਾਈ ਸਾਰਿਆਂ ਦਾ ਧੰਨਵਾਦ ਬੜੀ ਮਿਹਰਬਾਨੀ ਜੀ ਇੱਕ ਵੀਡੀਓ ਕਾਪੀ
ਸਹਿਯੋਗ ਇਹਨਾਂ ਸਾਰੇ ਵੀਰਾਂ ਦਾ ਜੋ ਸੰਗਤ ਤੋਂ ਚੱਲ ਕੇ ਆਏ ਨੇ ਸਾਡਾ ਵੀਰ ਆਸ਼ਦੀਪ ਚੋੜੀਆ ਇੱਕ ਵਾਰ ਫੇਰ ਸਾਡੇ ਫੋਟੋ ਮੰਨ ਕੇ ਆਂਦਾ ਅਸੀਂ ਇੱਥੇ ਪਹੁੰਚਣ ਤੇ ਬਾਬਾ ਜੀ ਸਾਡੇ ਫੋਟੋ ਮੰਨ ਕੇ ਵਿਸ਼ੇਸ਼ ਤੌਰ ਤੇ ਇਸ ਬਾਬਾ ਜੀ ਦੇ ਪਟਾਰੇ 'ਚ ਪਹੁੰਚੇ ਨੇ ਉਹਨਾਂ ਦੇ ਵਿੱਚ ਇੱਥੇ ਤੌਰ ਤੇ ਧੰਨਵਾਦ ਬੜੀ ਮਿਹਰਬਾਨੀ ਉਹ ਤਗੱਬਰੂ ਮਰੇ ਨਾ ਕਿਸੇ ਮਾਂ ਦਾ ਉਹ ਬੱਚਿਆਂ ਦੀ ਮਾਂ ਨਾ ਮਰੇ ਭਾਈ ਸਾਹਿਬ ਜੀ ਸਾਡਾ ਘੈਂਟ ਬਰਾ ਅਸੀਂ ਵੀ ਬਹੁਤ ਵੱਡਾ ਸਹਿਯੋਗ ਹੈ ਜੀ ਇਹਨਾਂ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਸੰਗਰੀਤ ਸਾਡੀ ਇੱਕ ਜੋ ਵੀ ਲਾਈਟ ਦਾ ਕੰਮ ਦੇਖ ਰਹੇ ਨੇ ਕਿਰਪਾ ਕਰਕੇ ਨੰਦ ਰਾਮ ਜੀ ਬਾਂਸਲੀਆਂ ਨੂੰ ਮਿਲਣ ਇੱਕ ਵਾਰੀ ਇੱਥੇ ਜ਼ਰੂਰ ਆ ਜਾਣ ਜੀ ਸਟੇਜ ਅੱਗੇ ਅਨਿਲ ਜੀ ਜਿੱਥੇ ਮੇਰੀ ਆਵਾਜ਼ ਸੁਣ ਰਹੇ ਨੇ ਕਿਰਪਾ ਕਰਕੇ ਆ ਜਾਓ ਅੱਛਾ ਉਹਨਾਂ ਦਾ ਸਨਮਾਨ ਹੋ ਰਿਹਾ ਜੀ ਅਨਿਲ ਜੀ ਰਾਜੇਸ਼ ਕੁਮਾਰ ਜੀ ਰਾਜੇਸ਼ ਜੈਨ ਜੀ ਸੰਗਰੀਆ ਸੋ ਇਹ ਉਹ ਪਤਵੰਤ ਸੱਜਣ ਨੇ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਪੱਟੀ ਸਾਹਿਬ ਜੀ ਸੰਗਰੀਆ ਤੋਂ ਪੱਟੀ ਸਾਹਿਬ ਹਾਂਜੀ ਲਾਈਟ ਵਾਲੇ ਵੀਰਾਂ ਨੂੰ ਬੇਨਤੀ ਹੈ ਜੋ ਅੱਗੇ ਦਰਬਾਰ ਤੇ ਮੇਨ ਲਾਈਟ ਤੇ ਕਰੰਟ ਆ ਰਿਹਾ ਜੀ ਥੋੜ੍ਹਾ ਜਿਹਾ ਦੇਖਣ ਉਹਦੇ ਜਿੱਥੇ ਤਾਰਾਂ ਦਾ ਗੁੱਛਾ ਰੱਖਿਆ ਹੋਇਆ ਸੀ ਪਹਿਲਾਂ ਚੀਨੂ ਜੀ ਸੰਗਤ ਮੰਡੀ ਤੋਂ ਜਿੱਥੇ ਮੇਰੀ ਆਵਾਜ਼ ਸੁਣ ਰਹੇ ਨੇ ਕਿਰਪਾ ਕਰਕੇ ਆ ਕੇ ਬਾਬਾ ਜੀ ਤੋਂ ਬੰਦਾ ਸਨਮਾਨ ਲਿਆ ਚੀਨੂ ਜੀ ਪਿਆਰ ਹੀ ਹੈ ਜੀ ਤੁਸੀਂ ਅੱਜ ਦੇਖ ਰਹੇ ਹੋ ਕਿੰਨਾ ਪਿਆਰ ਮਿਲ ਰਿਹਾ ਇਹਨਾਂ ਨੂੰ ਬਾਬਾ ਜੀ ਚੁਨੂ ਜੀ ਸੰਗਤ ਮੰਡੀ ਤੋਂ ਬਹੁਤ ਵੱਡਾ ਪਿਆਰ ਤੇ ਬਹੁਤ ਮਾਣ ਸਨਮਾਨ ਬਾਬਾ ਜੀ ਨੂੰ ਦੇ ਰਹੇ ਨੇ ਬਾਬਾ ਜੀ ਪਿਆਰ ਦੇ ਰੂਪ ਚ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਨੀਰਜ ਮਿੱਤਲ ਜੀ ਕੋਇਲੇ ਵਾਲੇ ਸੰਗਰੀਏ ਤੋਂ ਵਿਜੇ ਮਿੱਤਲ ਜੀ ਬਿੰਨੀ ਮਿੱਤਲ ਜੀ ਹਨੂਮਾਨਗੜ੍ਹ ਤੋਂ ਵਿਨੀ ਮਿੱਤਲ ਜੀ ਵਿਨੀ ਕੂਲਰ ਫੈਕਟਰੀ ਵਾਲੇ ਹਨੂਮਾਨਗੜ੍ਹ ਤੋਂ ਵਿਨੀ ਮਿੱਤਲ ਇੱਧਰ ਸਾਡੇ ਕਲਾਕਾਰ ਵੀਰ ਲਈ ਬਹੁਤ ਵੱਡਾ ਸਨਮਾਨ ਆਇਆ ਪਵਨ ਕੁਮਾਰ ਜੀ ਜੈਨ ਸਾਡੇ ਅਰਸ਼ਦੀਪ ਵੀਰ ਲਈ ਵਾਰਡ ਨੰਬਰ 11 ਤੋਂ ਐਮਸੀ ਬੀਜੇਪੀ ਪ੍ਰਧਾਨ ਸਦੂਲਗੜ੍ਹ ਮੇਰੇ ਵੀਰ ਅਰਸ਼ਦੀਪ ਚੋਟੀਆ ਲਈ ਬਹੁਤ ਵੱਡਾ ਸਨਮਾਨ ਦੇ ਕੇ ਗਏ ਨੇ ਵਿਨੀ ਮਿੱਤਲ ਜੀ ਨੂੰ ਸਨਮਾਨਿਤ ਕੀਤਾ ਗਿਆ ਜੀ ਵਿਨੀ ਕੂਲਰ ਫੈਕਟਰੀ ਹਨੂਮਾਨਗੜ੍ਹ ਫਰੰਗੀ ਜੈਨ ਜੀ ਜਿੱਥੇ ਮੇਰੀ ਆਵਾਜ਼ ਸੁਣ ਰਹੇ ਨੇ ਫਰੰਗੀ ਜੈਨ ਜੀ ਕਿਰਪਾ ਕਰਕੇ ਆ ਜਾਣ ਜੀ ਆਪਣਾ ਬਣਦਾ ਸਨਮਾਨ ਜਿਹਨਾਂ ਦਾ ਸਹਿਯੋਗ ਹੈ ਬਾਬਾ ਜੀ ਨੂੰ ਬਹੁਤ ਵੱਡਾ ਫਰੰਗੀ ਦੇਣ ਜੀ ਰਮਨ ਸਿੰਗਲਾ ਪੁੱਤਰ ਸ਼੍ਰੀ ਪਵਨ ਸਿੰਗਲਾ ਜੀ ਪੱਤਰਕਾਰ ਸਾਹਿਬ ਜਿੱਥੇ ਮੇਰੀ ਆਵਾਜ਼ ਸੁਣ ਰਹੇ ਮੇਰੇ ਵੀਰ ਰਮਨ ਸਿੰਗਲਾ ਬਹੁਤ ਵੱਡਾ ਸਹਿਯੋਗ ਬਾਬਾ ਜੀ ਨੂੰ ਦੇ ਰਹੇ ਨੇ ਰਮਨ ਸਿੰਗਲਾ ਮੁਕੇਸ਼ ਜੀ ਭਾਈ ਭਗਤਾ ਤੋਂ ਜਿਨ੍ਹਾਂ ਨੇ ਬਾਬਾ ਜੀ ਨੂੰ ਬਹੁਤ ਪਿਆਰ ਬਖਸ਼ਿਆ ਬਹੁਤ ਵੱਡਾ ਮਾਨ ਸਹਿਯੋਗ ਜੋ ਇੱਡਾ ਵੱਡਾ ਪ੍ਰੋਜੈਕਟ ਹੈ ਘੱਟੋ ਘੱਟ 10 ਗਿਆ ਦੇ ਰੂਪ ਚ ਕਿਉਂਕਿ ਬੜਾ ਪਿਆਰ ਤੁਹਾਡਾ ਬਾਬਾ ਜੀ ਦੇ ਨਾਲ ਹੈ ਬਾਬਾ ਮੱਖਣ ਸ਼ਾਹ ਜੀ ਮਾਨਸਾ ਤੋਂ ਜਿੱਥੇ ਮੇਰੀ ਆਵਾਜ਼ ਸੁਣ ਰਹੇ ਨੇ ਕਿਰਪਾ ਕਰਕੇ ਆ ਕੇ ਆਪਣਾ ਬੰਦਾ ਸਨਮਾਨ ਦੇਣ ਬਾਬਾ ਮੱਖਣ ਸ਼ਾਹ ਜੀ ਮਾਨਸਾ ਤੋਂ ਬਾਬਾ ਮੱਖਣ ਸ਼ਾਹ ਜੀ ਮਾਨਸਾ ਤੋਂ ਕ੍ਰਿਸ਼ਨ ਜੀ ਜਗੇ ਵਾਲੇ ਕ੍ਰਿਸ਼ਨ ਕੁਮਾਰ ਜੀ ਜਗੇ ਵਾਲੇ ਜਿੱਥੇ ਮੇਰੀ ਆਵਾਜ਼ ਸੁਣ ਰਹੇ ਨੇ ਕਿਰਪਾ ਕਰਕੇ ਸਟੇਜ ਦੇ ਅੱਗੇ ਆਉਣ ਜੀ ਬਾਬਾ ਜੀ ਤੋਂ ਬੰਦਾ ਸਨਮਾਨ ਲਿਆ ਜੀ ਕ੍ਰਿਸ਼ਨ ਕੁਮਾਰ ਜੀ ਜਗੇ ਵਾਲੇ ਇੱਧਰ ਦੇ ਆ ਜਾਓ ਜੀ ਇੱਧਰ ਘੱਟ ਪੈਂਡਾ ਪਊ ਜੀ ਇੱਧਰ ਪੈਂਡਾ ਘੱਟ ਹੈ ਜੀ ਕ੍ਰਿਸ਼ਨ ਜੀ ਆ ਰਹੇ ਜੀ ਜਗੇ ਵਾਲੇ ਉਸ ਤੋਂ ਬਾਅਦ ਹੋਰ ਬੋਲੋ ਬਾਬਾ ਜੀ ਬਿਰਲਾ ਮੱਲ ਜੀ ਸੇਠ ਬਿਰਲਾ ਮੱਲ ਜੀ ਕਿਰਪਾ ਕਰਕੇ ਉਹ ਵੀ ਆਪਣਾ ਬੰਦਾ ਸਨਮਾਨ ਹਾਸਲ ਕਰ ਲਿਆ ਜੀ ਸੇਠ ਬਿਰਲਾ ਮੱਲ ਜਿੰਦਲ ਮੋਟਰਸ ਤੋਂ ਸੇਠ ਬਿਰਲਾ ਮੱਲ ਜੀ ਸਾਡੇ ਬ੍ਰਿਸ਼ਪਾਨ ਜੀ ਕਾਕਾ ਜੀ ਲਿਫਾਫਿਆਂ ਵਾਲੇ ਬ੍ਰਿਸ਼ਪਾਨ ਜੀ ਕਰੇ ਕਾਕਾ ਜੀ ਲਿਫਾਫਿਆਂ ਵਾਲੇ ਪਿਆਰ ਨਾਲ ਕਹਿ ਦਿੰਦੇ ਅਸੀਂ ਬ੍ਰਿਸ਼ਪਾਨ ਕਾਕਾ ਜੀ ਆਪਣਾ ਬੰਦਾ ਸਨਮਾਨ ਹਾਸਲ ਕਰਨ ਜੀ ਪ੍ਰਿੰਕਾ ਜੈਨ ਦੀ ਸੰਗਰੀਆ ਤੋਂ ਪ੍ਰਿੰਕਾ ਜੈਨ ਦੀ ਸੰਗਰੀਆ ਤੋਂ ਜਿੱਥੇ ਮੇਰੀ ਆਵਾਜ਼ ਸੁਣ ਰਹੇ ਨੇ ਕਿਰਪਾ ਕਰਕੇ ਆਪਣਾ ਬੰਦਾ ਸਨਮਾਨ ਬਾਬਾ ਜੀ ਤੋਂ ਲੈ ਲੈਣ ਰੰਜੂ ਸੂਰਤੀਆ ਰੰਜੂ ਜੀ ਸੂਰਤੀਆ ਜਿੱਥੇ ਮੇਰੀ ਆਵਾਜ਼ ਸੁਣ ਰਹੇ ਨੇ ਕਿਰਪਾ ਕਰਕੇ ਆਪਣਾ ਬੰਦਾ ਸਨਮਾਨ ਲੈਣ ਬਾਬਾ ਜੀ ਤੋਂ ਰੰਜੂ ਸੂਰਤੀਆ ਜੀ ਆਓ ਜੀ ਇੱਕ ਪੇਸ਼ਕਸ਼ ਹੋਰ ਸਾਡਾ ਵੀਰ ਅਰਸ਼ਦੀਪ ਚੋਟੀਆਂ ਅਤੇ ਉਸ ਤੋਂ ਬਾਅਦ ਤੁਹਾਡੇ ਸੰਦੇ ਦਿਲਾਂ ਦੀ ਆਵਾਜ਼
ਅਦੀਸ਼ ਜੈਨ ਜੀ ਰਾਣੀਆਂ ਤੋਂ ਜਿੱਥੇ ਮੇਰੀ ਆਵਾਜ਼ ਸੁਣ ਰਹੇ ਨੇ ਅਦੀਸ਼ ਜੈਨ ਜੀ ਰਾਣੀਆਂ ਤੋਂ ਪਿਆਰ ਲੈ ਕੇ ਆਈ ਹੈ ਸੰਗਤ ਬਾਹਰੋਂ ਜਿਹੜੀ ਆਈ ਹੈ ਬਾਬਾ ਜੀ ਦੇ ਲਈ ਕੋਈ ਰਿੰਗ ਲੈ ਕੇ ਆਇਆ ਕੋਈ ਘੜੀ ਲੈ ਕੇ ਆਇਆ ਕੋਈ ਹਾਰਾ ਜਿਹੜਾ ਨੋਟਾਂ ਦਾ ਹਾਰ ਉਹ ਲੈ ਕੇ ਆਏ ਨੇ ਇਹ ਪਿਆਰ ਹੈ ਜੀ ਪਿਆਰ ਫਿਰ ਇਹਨਾਂ ਦਾ ਸਨਮਾਨ ਤਾਂ ਬਣਦਾ ਹੀ ਹੈ ਜੀ ਅਦੀਸ਼ ਜੈਨ ਜੀ ਰਾਣੀਆਂ ਤੋਂ ਸੰਜੀਵ ਸਿੰਗਲਾ ਜੀ ਭਾਵੇਂ ਰਮਨ ਜੀ ਜਾਂ ਹੋਰ ਜਿੰਨੇ ਵੀ ਪੱਤਰਕਾਰ ਵੀਰ ਆਏ ਨੇ ਸਾਰਿਆਂ ਦਾ ਬਾਬਾ ਜੀ ਵੱਲੋਂ ਧੰਨਵਾਦ ਕਰਦੇ ਹਾਂ ਸਾਡਾ ਵੀਰ ਅਰਸ਼ਦੀਪ ਚੋਟੀਆ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਫਿਰ ਬਾਬਾ ਭੂਸ਼ਣ ਸਿੰਘ ਸਾਹਿਬ ਮੇਰੇ ਮਿੱਤਰਾਂ ਦੀ ਦੁਨੀਆਂ ਤੋਂ ਉਹ ਵੀ ਇੱਥੇ ਸ਼ਦੇਸ਼ ਰੋਣ ਜੀ ਉਹਨਾਂ ਵੱਲ ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਲੋਕ ਗੀਤ ਨਾਲ ਹਾਜ਼ਰੀ ਇੱਕ ਤਨਵਰ ਗਰੇਵਾਲ ਜੀ ਵਾਸਤੇ ਤਾੜੀ ਮਾਰ ਦਿਓ ਜਿਨ੍ਹਾਂ ਦੀ ਬਦੌਲਤ ਅੱਜ ਰੂਹਾਂ ਕੱਟੀਆਂ ਹੋਈਆਂ ਨੇ ਇੱਕ ਗੀਤ ਤੋਂ ਬਾਅਦ ਉਹਨਾਂ ਨੇ ਹਾਜ਼ਰੀ ਲਵਾਉਣੀ ਹੈ ਮੈਂ ਪੇਸ਼ ਕਰਨ ਲੱਗਿਆ ਪੁੱਤ ਗੱਭਰੂ ਬਾਬੇ ਭੂਸ਼ਣ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਨੂੰ ਹਜੇ ਸਨਮਾਨਿਤ ਕਰਨਾ ਕਿਸੇ ਨੇ ਵੀ ਨਹੀਂ ਜਾਣਾ ਤੇ ਬਾਬਾ ਜੀ ਨੂੰ ਮਿਲ ਕੇ ਜਾਣਾ ਹੈ ਜੈ ਪੀਰਾ ਤੇ ਲੰਗਰ ਚੱਲ ਰਿਹਾ ਲੰਗਰ ਛਕੋ ਇਸ ਤੋਂ ਬਾਅਦ ਇੱਕ ਗਾਣੇ ਤੋਂ ਬਾਅਦ ਤਨਵਰ ਗਰੇਵਾਲ ਲੱਗੇਗਾ ਜੈ ਮਾਤਾ ਜੀ
ਸੈਨਿਕ ਹਾਜ਼ਰ ਕਿਉਂ ਕਰੇ ਬਹੁਤ ਸੱਚੇ ਦਰਬਾਰ ਕੀ ਜੀ ਸਾਡੇ ਬਹੁਤ ਆਵੇ ਸ਼ੁਕਰੀਆ ਉਹਨਾਂ ਦੇ ਮਿਊਜ਼ੀਸ਼ੀਅਨ ਮੰਚ ਤੇ ਆ ਚੁੱਕੇ ਹੈ ਚੰਦ ਮਿੰਟਾਂ ਦੀ ਦੇਰੀ ਹੈ ਪੱਪੀ ਜੈਨ ਜੀ ਰਾਣੀਆਂ ਵਾਲੇ ਪੱਪੀ ਜੈਨ ਦੀ ਰਾਣੀਆਂ ਵਾਲੇ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਨਾਲ ਆ ਜਾਣ ਕੁਲਦੀਪ ਸਿੰਘ ਜੀ ਡੀ ਐਸ ਪੀ ਜਨਰਲ ਸਕੱਤਰ ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਆ ਕੇ ਆਪਣਾ ਬਣਦਾ ਸਨਮਾਨ ਲੈ ਜਾਣ ਕੁਲਦੀਪ ਸਿੰਘ ਜੀ ਜਨਰਲ ਸਕੱਤਰ ਡੀ ਐਸ ਪੀ ਇੱਕ ਵਾਰ ਫਿਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸੰਜੀਵ ਗੋਇਲ ਜੀ ਡੀ ਐਸ ਪੀ ਸਾਹਿਬ ਖਾਲਸਾ ਮਨਜੀਤ ਸਿੰਘ ਜੀ ਡੀ ਐਸ ਪੀ ਸਾਹਿਬ ਸਕੂਲਗੜ੍ਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਅਰਸ਼ਦੀਪ ਚੋਟੀਆਂ ਜੀ ਅਰਸ਼ਦੀਪ ਚੋਟੀਆਂ ਜੋ ਹੁਣੇ ਹੁਣੇ ਆਪਣੀ ਹਾਜ਼ਰੀ ਲਗਵਾ ਕੇ ਗਏ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਰ ਨੂਰ ਨੂੰ ਨਾਲ ਲੈ ਕੇ ਆਪਣਾ ਬਣਦਾ ਸਨਮਾਨ ਲੈ ਰਹੇ ਅਰਸ਼ਦੀਪ ਚੋਟੀਆਂ ਹਾਂਜੀ ਸਾਡੇ ਬਹਾਦਰ ਬੈਣੀਵਾਲ ਜੀ ਜਿਨ੍ਹਾਂ ਨੇ ਮੰਚ ਦੇ ਉੱਪਰ ਇੱਕ ਬਹੁਤ ਵਧੀਆ ਸਾਰੇ ਸਹਿਯੋਗੀ ਸੰਗਤਾਂ ਦਾ ਦੇਸ਼ ਵਿਦੇਸ਼ ਗੁਰੂ ਨਾਨਕ ਔਰ ਸਕੂਲ ਦੇ ਸਾਰੇ ਸਹਿਯੋਗੀ ਸੰਗਤਾਂ ਦਾ ਸਮਾਗਮ ਹੈ
ਨਾ ਦੇਖੋ ਤੁਸੀਂ ਕੀ ਕਰ ਰਹੇ ਹੋ ਮਹਾਰਾਜ ਅਲੇ ਨੂੰ ਬੱਚੇ ਹੀ ਜਾਣੇ ਹੋ ਜਾਂਦੇ ਹੋਏ ਦੱਸ ਕੇ ਜਾਵਾਂਗੇ ਵੀ ਕੌਣ ਆਏ ਇੱਕ ਵਾਰੀ ਮੇਰੇ ਨਾਲ ਗਾਓ ਚੱਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ
Bye.
ਸੇ ਪਾਸੇ ਦੇ ਨਗਰਾਂ ਤੋਂ ਕੋਈ ਮੇਰਾ ਭੈਣ ਭਰਾ ਹੈ ਤੁਹਾਡੇ ਸਾਰਿਆਂ ਦੇ ਅੰਦਰ ਵਸਦੇ ਉਸ ਪ੍ਰਮਾਤਮਾ ਨੂੰ ਮੇਰਾ ਕੋਟੀ ਕੋਟ ਪ੍ਰਣਾਮ ਕਬੂਲ ਕਰਿਓ ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ ਸਾਰਿਆਂ ਦਾ ਸਤਿਕਾਰ ਮੇਰੀਆਂ ਰੱਬ ਵਰਗੀਆਂ ਮਾਵਾਂ ਦਾ ਸਤਿਕਾਰ ਮੇਰੀਆਂ ਭੈਣਾਂ ਦਾ ਔਰ ਚੜ੍ਹਦੀ ਕਲਾ 'ਚ ਬੈਠੇ ਸਾਡੇ ਬਾਪੂਆਂ ਦਾ ਸਾਡੇ ਬਜ਼ੁਰਗਾਂ ਦਾ ਔਰ ਮੇਰੇ ਸਾਰੇ ਇਹਨਾਂ ਵੀਰਾਂ ਦਾ ਦੋਸਤਾਂ ਦਾ ਉਹਨਾਂ ਭਰਾਵਾਂ 'ਚ ਇੱਥੋਂ ਦੇ ਸਾਰੇ ਜਿਹੜੇ ਪ੍ਰਬੰਧਕ ਭਰਾ ਨੇ ਇੱਥੋਂ ਦੀ ਕਮੇਟੀ ਹੈ ਇਹ ਦਰਬਾਰ ਹੈ ਇੱਥੋਂ ਦੇ ਸੇਵਾਦਾਰ ਮੁੱਖ ਸੇਵਾਦਾਰ ਇਹ ਮੂਵੀ ਬਣਾਉਣ ਵਾਲੇ ਭਰਾ ਇਹ ਲਾਈਟਾਂ ਲਾਉਣ ਵਾਲੇ ਇਹ ਲੜੀਆਂ ਜਗਾਉਣ ਵਾਲੇ ਪੱਖੇ ਲਾਉਣ ਵਾਲੇ ਟੈਂਟ ਲਾਉਣ ਵਾਲੇ ਕੋਈ ਹੋਰ ਆਪੋ ਆਪਣੀਆਂ ਰੇਹੜੀਆਂ ਲਾ ਕੇ ਦੁਕਾਨਾਂ ਲਾ ਕੇ ਆਪਣੀ ਕਿਰਤ ਕਮਾਈ ਕਰਨ ਆਏ ਜਿੰਨੇ ਵੀ ਕਦਮ ਆਏ ਹੋ ਪੁਲਿਸ ਆਫਿਸਰ ਸਾਹਿਬਾਨ ਸਾਡੇ ਭਰਾ ਬੈਠੇ ਹੈ ਔਰ ਜਿੰਨੇ ਵੀ ਤੁਸੀਂ ਸੀਨੀਅਰ ਆਫਿਸਰ ਮੇਰੇ ਭਰਾ ਬੈਠੇ ਹੋ ਤੁਹਾਡੇ ਸਾਰਿਆਂ ਦੇ ਅੰਦਰ ਵਸਦੇ ਉਸ ਪਰਮਾਤਮਾ ਨੂੰ ਮੇਰਾ ਕੋਟੀ ਕੋਟ ਪ੍ਰਣਾਮ ਕਬੂਲ ਕਰਿਓ ਬਹੁਤ ਬਹੁਤ ਆਦਰ ਸਤਿਕਾਰ ਆ ਜਾਓ ਜਿੰਨਾ ਸਮਾਂ ਮਹਾਰਾਜ ਬਖਸ਼ਦੇ ਆ ਉਹਦੇ ਨਾਮ ਦੇ ਸੋਹਲੇ ਉਹਦੇ ਨਾਮ ਦੀਆਂ ਵਡਿਆਈਆਂ